ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਚੈਪਟਰ ਕਰਾਂਗੇ ਵੀਐਸ 67 ਦਾ 12ਵਾਂ ਚੈਪਟਰ ਖੇਤਰੀ ਸੰਗਠਨ ਸਾਰਕ ਠੀਕ ਹੈ ਖੇਤਰੀ ਸੰਗਠਨ ਕਿਉਂ ਕਹਿੰਦੀ ਆ ਕਿਉਂਕਿ ਇਹ ਏਸ਼ੀਆ ਦੇ ਦੇਸ਼ਾਂ ਦਾ ਸੰਗਠਨ ਆ ਏਸ਼ੀਆ ਦੇ ਦੇਸ਼ਾਂ ਦਾ ਸੰਗਠਨ ਆ ਤੇ ਉਸ ਨੂੰ ਸਾਰਕ ਕਿਹਾ ਜਾਂਦਾ ਹੈ ਤੇ ਸਾਰਕ ਜਿਹੜਾ ਗਵਾ ਇਹ ਜਿਹੜਾ ਗਿਆ ਪਹਿਲਾ ਪਿੰਨ ਅੱਖਰ ਆ ਐਸ ਏ ਏ ਆਰ ਸੀ ਠੀਕ ਹੈ ਯਾਨੀ ਕਿ ਸਾਰਕ ਕਿਹੜੇ ਸ਼ਬਦ ਤੋਂ ਬਣਿਆ ਹੋਇਆ ਵਾ ਸਾਰਕ ਦਾ ਫੁੱਲ ਨਾਮ ਹੈਗਾ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ ਜੇਕਰ ਆਪਾਂ ਇਹਦਾ ਪਹਿਲਾ ਪਹਿਲਾ ਅੱਖਰ ਵੇਖੀਏ ਤੇ ਉਹ ਤੋਂ ਬਣ ਗਿਆ ਸਾਰਕ ਠੀਕ ਹੈ ਇਹਦੇ ਵਿੱਚ ਕੁਐਸਚਨ ਕਿਹੜੇ ਸਾਹਮਣੇ ਆਉਂਦੇ ਨੇ ਕਿ ਕਿਹੜੇ ਕਿਹੜੇ ਟੌਪਿਕ ਕਰਨੇ ਆ ਉਸ ਬਾਰੇ ਆਪਾਂ ਕਰਾਂਗੇ ਠੀਕ ਹੈ ਇਹਦੇ ਵਿੱਚ ਬੇਟਾ ਕੁਐਸਚਨ ਜਿਹੜੇ ਆ ਗਿਆ ਦੋ ਤਿੰਨ ਟਾਈਪ ਦੇ ਆ ਰਹੇ ਨੇ ਫਸਟ ਹਾਫ ਕੁਐਸਚਨ ਜਿਹੜਾ ਹੈਗਾ ਇਸ ਤਰ੍ਹਾਂ ਬਣ ਕੇ ਆ ਰਿਹਾ ਕਿ ਸਾਰ ਦੇ ਨਿਰਮਾਣ ਦਾ ਇਤਿਹਾਸਕ ਪਿਛੋਕੜ ਦੱਸੋ ਵੀ ਸਾਰ ਕਿ ਇੱਕਦਮ ਤੇ ਹੋਂਦ ਵਿੱਚ ਨਹੀਂ ਆਇਆ 10-15 ਸਾਲੇ ਦੇ ਮੱਦੇ ਇਹਦੇ ਹੋਂਦ ਵਿੱਚ ਆਉਣ ਚ ਲੱਗ ਗਏ ਤੋ ਕਿਹੜੇ-ਕਿਹੜੇ ਸਟੈਪ ਸੀ ਕੈਨੇ ਕੈਵੇਂ ਸ਼ੁਰੂਆਤ ਹੋਈ ਹੈ ਵੀ ਕਿਹਨੇ ਕਿਹੜੇ-ਕਿਹੜੇ ਦੇਸ਼ ਨੇ ਭੂਮਿਕਾ ਨਿਭਾਈ ਕੀ ਕੀ ਇਹਦੇ ਉਦੇਸ਼ ਉਹਨਾਂ ਨੇ ਮਿੱਥੇ ਉਹ ਸਾਰਾ ਕੁਝ ਇਸ ਕੁਐਸਚਨ ਵਿੱਚ ਕਰਾਂਗੇ ਠੀਕਮ ਦੈਨ ਅਫਟਰ ਕੁਐਸਚਨ ਆ ਰਿਹਾ ਹੈ ਕਿ ਦੱਖਣੀ ਏਸ਼ੀਆ ਖੇਤਰ ਸਹਿਯੋਗ ਸੰਗ ਸਰ ਦੇ ਨਿਰਮਾਣ ਸੰਗਠਨਾਂ ਤਾਂਚੇ ਦੇ ਉਦੇਸ਼ਾਂ ਸਿਧਾਂਤਾਂ ਦਾ ਬਣਕਰੋ ਜੇਕਰ ਇਹ ਬੇੜਾ ਇਸ ਤਰ੍ਹਾਂ ਟਾਈਪ ਕੁਐਸਚਨ ਹੁੰਦਾ ਹੈ ਇਸ ਵਿੱਚ ਜਿਹੜੇ ਹੈਗੇ ਆ ਇਹ ਤਿੰਨ ਟਾਈਪ ਦਾ ਤਿੰਨ ਟੌਪਿਕ ਆ ਲੇਖਦੇ ਤੁਸੀਂ ਜਿਹੜਾ ਹੈਗਾ ਵਾ ਇਤਿਹਾਸਿਕ ਪਿਛੋਕੜ ਉਹਦਾ ਸੰਗ ਸਰ ਦੇ ਨਿਰਮਾਣ ਬਾਰੇ ਗੱਲ ਕਰੋਗੇ ਉਹ ਥੋੜੀ ਇਹਦੇ ਵਿੱਚ ਸਾਰਾ ਵੀ ਨੰਬਰ ਦਾ ਕੁਐਸਚਨ ਨਹੀਂ ਸੀ ਬਟ ਇਹਦੇ ਵਿੱਚ ਤੁਸੀਂ 2-4 ਪੁਆਇੰਟਾਂ ਵਿੱਚ ਗੱਲ ਕਰੋਗੇ ਕਿ ਸਾਰਕ ਦਾ ਦਰਮਾਨ ਕਦੋਂ ਹੋਇਆ ਕਿਹੜੇ-ਕਿਹੜੇ ਦੇਸ਼ ਨੇ ਇਹਦੇ ਵਿੱਚ ਤੇ ਕਿੰਨੇ ਸੰਮੇਲਨ ਹੋ ਚੁੱਕੇ ਆ ਫਿਰ ਸੰਗਠਨਤਾਮਟਾਂ ਛੇ ਬਾਰੇ ਗੱਲ ਕਰੋਗੇ ਕਿ ਕਿਹੜਾ-ਕਿਹੜਾ ਸਕਤਰੇਤ ਕਿੱਥੇ ਆ ਇਹਦੇ ਵਿੱਚ ਕਿਹੜੇ-ਕਿਹੜੇ ਅੰਗ ਨੇ ਕਿਹੜੇ-ਕਿਹੜੇ ਦੇਸ਼ ਨੇ ਉਹ ਗੱਲ ਕਰੋਗੇ ਦਨ ਆਫਟਰ ਉਦੇਸ਼ਾਂ ਬਾਰੇ ਗੱਲ ਕਰੋਗੇ ਫਿਰ ਸਿਧਾਂਤਾਂ ਬਾਰੇ ਗੱਲ ਕਰੋਗੇ ਜਾਨੀ ਕਿ ਚਾਰ ਟਾਪਿਕ ਆ ਜਾਣਗੇ ਚਾਰਾ ਟਾਪਿਕਾਂ ਬਾਰੇ ਜਿਹੜੀ ਕਿ ਤੁਸੀਂ ਇੱਕ ਇੱਕ ਪੇਜ ਤੇ ਗੱਲ ਕਰੋਗੇ ਫਿਰ ਇੱਕ ਕੁਐਸਚਨ ਕੰਪਲੀਟ ਹੁੰਦਾ ਤੁਸੀਂ ਇਹ ਨਹੀਂ ਆ ਕਿ ਜੇ ਇਹ ਨਿਰਮਾਣ ਕਿਹਾ ਤਾਂ ਤੁਸੀਂ ਜਸਟ ਨਿਰਮਾਣ ਲਿਖ ਕੇ ਤੇ ਚਾਰ ਚਾਰ ਲਾਈਨਾਂ ਚੀਨਾਂ ਬਾਰੇ ਬਣ ਕੀਤਾ ਤੇ ਕੁਐਸਚਨ ਕੰਪਲੀਟ ਹੋ ਜਾਏਗਾ ਤੁਸੀਂ ਉਸ ਕੁਐਸਚਨ ਨੂੰ ਚਾਰਾਂ ਪੇਜਾਂ ਚ ਡਿਵਾਈਡ ਕਰੋਗੇ ਠੀਕ ਹੈ ਜੇ ਆ ਇਹਦਾ ਸਾਰ ਕੀ ਹੈ ਸਾਰਕ ਦੇ ਸੰਗਠਨ ਦਾ ਢਾਂਚਾ ਦੱਸੋ ਫਿਰ ਤੁਸੀਂ ਸਾਰਕ ਬਾਰੇ ਗੱਲ ਕਰੋਗੇ ਉਰ ਮੀਨਿੰਗ ਦਸੋਗੇ ਡੈਫੀਨੇਸ਼ਨ ਦਸੋਗੇ ਥੈਨ ਆਫਟਰ ਉਹਦੇ ਸੰਗਠਨ ਦੀ ਚਰਚਾ ਕਰੋਗੇ ਆਰਗਨਾਈਜੇਸ਼ਨ ਵਗੈਰਾ ਠੀਕ ਹੈ ਥੈਨ ਆਫਟਰ ਫਿਰ ਇਸੇ ਤਰ੍ਹਾਂ ਇਹ ਕੁਸ਼ਨ ਆਈਦਾ ਸਾਰਕ ਦੇ ਸੰਗਠਨ ਪਟਾਂਚਾ ਤੇ ਇਸ ਦੇ ਰਸਤੇ ਵਿੱਚ ਆਉਣ ਵਾਲੀਆਂ ਰਿਕੁਆਇਰਡਾਂ ਦੇ ਸਮਸਤ ਸਿਆ ਪਹਿਲਾਂ ਤੁਸੀਂ ਸਾਰਕ ਦਾ ਸੰਗਠਨ ਪਟਾਂਚਾ ਦੱਸ ਕੇ ਠੀਕ ਹੈ ਜੋ ਵੀ ਨਿਰਮਾਣ ਆ ਸੰਗਠਨ ਆ ਚੀਕਸ ਕਤਰੇਿਤ ਕਿਵੇਂ ਕਿ ਕਿਥੇ ਦਾ ਸਕਤਰੇਤਾ ਕਿਹੜੇ ਦੇਸ਼ ਆ ਉਹ ਦੱਸ ਕੇ ਇੱਕ ਦੋ ਪੇਜਾਂ ਵਿੱਚ ਫਿਰ ਇਹ ਰੀਆਂ ਬੇਟਾ ਜਸਟ ਸਮੱਸਿਆਵਾਂ ਬਾਰੇ ਗੱਲ ਕਰੋਗੇ 10 12 ਪੁਆਇੰਟਸ ਸਮੱਸਿਆਵਾਂ ਬਾਰੇ ਗੱਲ ਕਰੋਗੇ ਬਾਕੀ ਕੁਝ ਨਹੀਂ ਇਹਦੇ ਵਿੱਚ ਤੁਸੀਂ ਉਹ ਦੇਸ਼ ਵਗੈਰਾ ਕੁਝ ਨਹੀਂ ਇਹ ਚੀਜ਼ਾਂ ਬਾਰੇ ਦੱਸਣਾ ਕਿ ਇਸ ਮੇਲਣਾ ਬਾਰੇ ਵਿਆਖਿਆ ਕਰਨੀ ਕੁਝ ਨਹੀਂ ਸੰਗਠਨ ਦਾ ਨਾਂ ਚਾ ਦੱਸ ਕੇ ਸਿੱਧਾ ਤੁਸੀਂ ਸਮੱਸਿਆਵਾਂ ਤੇ ਫੋਕਸ ਕਰਨਾ ਹੈ ਹੇ ਸਾਰਕ ਦੀ ਸਮੱਸਿਆਵਾਂ ਤੇ ਸੰਭਾਵਨਾਵਾਂ ਦੇ ਬਾਰੇ ਲਿਖੋ ਇਹਦੇ ਵਿੱਚ ਜਸਤ ਤੁਸੀਂ ਕੋਈ ਨਹੀਂ ਦੱਸਣਾ ਸਾਰਕ ਕੀ ਆ ਕੀ ਨਹੀਂ ਵਗੈਰਾ ਜਸਤ ਤੁਸੀਂ ਸਾਰਕ ਦੀ ਸਮੱਸਿਆ ਬਾਰੇ ਦੱਸ ਕੇ ਥੋੜੀ ਜਿਹੀ ਸਾਰਕ ਦੇ ਦੋ ਚਾਰ ਲਾਈਨਾਂ ਬਾਰੇ ਗੱਲ ਦੱਸ ਕੇ ਕਿ ਸਾਰਕ ਚਲੋ ਠੀਕ ਹੈ ਇਸ ਅੱਠ ਦੇਸ਼ਾਂ ਦਾ ਸਮੇਤ ਨਾ ਜਾਂ ਕੁਝ ਵੀ ਆ ਖੇਤੀ ਸੰਗਠਨ ਦੱਸ ਕੇ ਤੁਸੀਂ ਸਮੱਸਿਆਵਾਂ ਦੱਸੋਗੇ 10 12 ਫਿਰ ਭਵਿਖ ਭਵਿਖ ਕੀ ਆ ਭਵਿਖ ਜਵੇਂ ਆ ਜਿਹੜੀ ਚੀਜ਼ ਆ ਇਸ ਤਰ੍ਹਾਂ ਇਹ ਵੀ ਤੁਹਾਨੂੰ ਸਮਝਾਵਾ ਕੇ ਠੀਕ ਆ ਸਾਰਕ ਦਾ ਭਵਿਖ ਵਗੈਰਾ ਇਹਦੇ ਬਾਰੇ ਤੁਸੀਂ ਇੱਕ ਪੇਜ ਤੱਕ ਘੱਟੋ ਘਾਟ ਐਕਸਪਲੇਨ ਕਰੋਗੇ ਠੀਕ ਹੈ ਮੈਡਮ ਜੋ ਵੀ ਕੁਐਸਚਨ ਆਉਂਦਾ ਵਾ ਜਿੱਦਾਂ ਯੂਨੀਵਰਸਿਟੀ ਕੁਐਸਚਨ ਪੁੱਟ ਕਹਦੀ ਤੁਸੀਂ ਉਹਦੇ ਅਕੋਰਡਿੰਗ ਹੀ ਬਾਰ-ਬਾਰ ਮੈਂ ਕਹ ਰਹੀ ਅਟੈਂਪਟ ਕਰਨਾ ਹੈ ਐਵੇਂ ਇੱਧਰ ਉੱਧਰ ਇਹ ਫਜ਼ੂਲ ਦੀਆਂ ਗੱਲਾਂ ਲਿਖੋਗੇ ਤਾਂ ਉਹ ਨੰਬਰ ਵਗੈਰਾ ਨਹੀਂ ਮਿਲਣਗੇ ਫਿਰ ਸਾਰਕ ਦੀ ਵਰਤਮਨ ਸਮੇਂ ਵਿੱਚ ਉਚਤਾ ਕੀ ਆ ਉਚਤਾ ਯਾਨੀ ਕਿ ਹੁਣ ਉਹਦੀ ਕੀ ਰੈਲੇਵੈਂਸ ਕੀ ਆ ਮਹੱਤਤਾ ਕੀ ਆ ਉਚਤਾ ਰੈਲੇਵੈਂਸ ਉਸਦਾ ਮੱਤਾ ਮੱਤਾ ਵਾਲਾ ਵੀ ਜਿਵੇਂ ਹੈਗਾ ਵਾ ਹਜੇ ਜਿਹੜਾ ਲਾਸਟ ਕੁਐਸਚਨ ਹੈ ਕਿ ਸਾਰਕ ਦੀ ਉਚਤਾ ਕੀ ਆ ਜਾਂ ਮਹੱਤਤਾ ਕੀ ਜਿਹੜਾ ਰੈਲੇਵੈਂਸ ਕੀ ਆ ਉਹਦੇ ਵਿੱਚ ਤੁਸੀਂ ਸਾਰਕ ਦੀ ਮਹੱਤਤਾ ਬਾਰੇ ਗੱਲ ਕਰੋਗੇ ਠੀਕ ਹੈ ਉਹ ਜਿਹੜਾ ਇਹ ਕੁਐਸਚਨ ਆ ਜਾਏਗਾ ਠੀਕ ਹੈ ਸਾਰੇ ਪੁਆਇੰਟ ਡਿਸਕਸ ਕਰਾਂਗੇ 1 ਬਾਈ 1 ਚਲੋ ਆਪਾਂ ਹੁਣ ਨੈਕਸਟ ਚੈਪਟਰ ਸਟਾਰਟ ਕਰਦੇ ਹਾਂ ਹਾਂਜੀ ਸਾਰਕ ਕੀ ਆ ਸਾਰਕ ਬਾਰੇ ਤੁਸੀਂ ਕੀ ਗੱਲ ਕਰਨੀ ਆ ਕਿ ਇੱਥੋਂ ਤੁਸੀਂ ਦਾ ਸਟਾਰਟ ਕਰ ਸਕਦੇ ਹੋ ਕਿ ਸਾਰਕ ਜਿਹੜਾ ਹੈਗਾ ਵਾ ਦੱਖਣੀ ਏਸ਼ੀਆ ਦਾ ਖੇਤਰੀ ਸਹਿਯੋਗ ਸੰਗਵ ਨੂੰ ਆਪਾਂ ਸਾਉਥ ਐਸੋਸੀਏਸ਼ਨ ਆਫ ਦਾ ਰੀਜਨ ਕੋਆਪਰੇਸ਼ਨ ਕਾਹਦੇ ਨੇ ਆ ਜਾਂ ਸਾਰਕ ਕਾਹਦੇ ਨੇ ਆ ਠੀਕ ਹੈ ਤੇ ਸਾਰਕ ਦਾ ਇਤਿਹਾਸਿਕ ਪਿਛੋਕੜ ਕੀ ਆ ਕਿ ਇਹਦੇ ਵਿੱਚ 8 ਦੇ ਸ਼ਾਮਲ ਨੇ ਜੇ ਤੁਸੀਂ ਇੰਡੀਆ ਦਾ ਮੈਪ ਵੇਖਦੇ ਹੋ ਤਾਂ ਜਿਹੜੇ ਵੀ ਆਨਕਾਂਟਰੀ ਨੇ ਉਹ ਇਹਦੇ ਵਿੱਚ ਸ਼ਾਮਲ ਨੇ ਤੋ ਦੇਸ਼ ਕਿਹੜੇ ਨੇ ਭਾਰਤ ਪਾਕਿਸਤਾਨ ਅਫਗਾਨਿਸਤਾਨ ਭੂਟਾਨ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਤੇ ਮਾਰਦੀ ਜਿਹੜਾ ਅਫਗਾਨਿਸਤਾਨ ਸੀ ਉਹ ਬਾਅਦ ਵਿੱਚ ਇਸ ਵਿੱਚ ਸ਼ਾਮਿਲ ਹੋਇਆ ਪਹਿਲਾਂ ਸੱਤਾਂ ਦੇਸ਼ਾਂ ਨੇ ਹੀ ਮਿਲ ਕੇ ਇਸ ਸੰਗਠਨ ਨੂੰ ਆਰਗੇਨਾਈਜੇਸ਼ਨ ਨੂੰ ਜਿਹੜਾਗਾ ਸਿਰੇ ਝੜਾਇਆ ਸੀ ਠੀਕ ਹੈ ਤੇ ਫਿਰ ਇਸ ਦੀ ਸ਼ੁਰੂਆਤ ਕਿਵੇਂ ਹੋਈ ਕੋਈ ਵੀ ਚੀਜ਼ ਹੈ ਇਕਦਮ ਨਹੀਂ ਕਿਸੇ ਦੀ ਸ਼ੁਰੂਆਤ ਹੁੰਦੀ ਸਟੈਪ ਬਾਏ ਸਟੈਪ ਹੁੰਦੀ ਆ ਕਿ ਹੋਇਆ ਫਰਸਟ ਪੁਆਇੰਟ ਆ ਜਿਦਾ ਜਿਵੇਂ ਰਾਸ਼ਟਰਪਤੀ ਜੀਆ ਔਰ ਰਹਿਮਾਨ ਇਹ ਬੰਗਾਲ ਦਾ ਰਾਸ਼ਟਰਪਤੀ ਸੀ ਕਿ ਕਿ ਜਿਵੇਂ ਆਪਣੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਇੱਕ ਦੂਜੇ ਦੇਸ਼ਾਂ ਉੱਤੇ ਵਿਜ਼ਿਟ ਕਰਨ ਜਾਂਦੇ ਆ ਇਸੇ ਤਰ੍ਹਾਂ ਇਹ ਬੰਗਾਲ ਦੇ ਰਾਸ਼ਟਰਪਤੀ ਸੀ ਉਹ ਨੇਪਾਲ ਭਾਰਤ ਪਾਕਿਸਤਾਨ ਸ਼੍ਰੀਲੰਕਾ ਦੇਸ਼ਾਂ ਚ ਉਹਨਾਂ ਨੇ ਦੌਰਾ ਕੀਤਾ ਜਾਂਨ ਕੇ ਵਿਜ਼ਿਟ ਕੀਤਾ ਉਹਨਾਂ ਨੇ ਵੇਖਿਆ ਕਿ ਸਾਡੀਆਂ ਦੇਸ਼ਾਂ ਦੀਆਂ ਸਮੱਸਿਆਵਾਂ ਮੈਕਸਿਮਮ ਇੱਕੋ ਜਿਹੀਆਂ ਨੇ ਕਿ ਉਹਨਾਂ ਆਸੂ ਚ ਰੜ ਕੇ ਆਪਣੀ ਜੜੀ ਗਿਆ ਇੱਕ ਦੂਜੇ ਨੂੰ ਸਹਿਯੋਗ ਦਿੱਤਾ ਜਾਵੇ ਤੇ ਵਿਕਾਸ ਵੱਲ ਕੰਮ ਕੀਤਾ ਜਾਵੇ ਇਸ ਲਈ ਉਹਨੇ ਸਾਰੇ ਆਪਣੇ ਦੇਸ਼ਾਂ ਦੇ ਜਿਹੜੇ ਵੀ ਆਨਕਾਂ ਦੇ ਜਿੰਨੇ ਦੇਸ਼ਾ ਉਹਨਾਂ ਲਈ ਇੱਕ ਕਾਠ ਪੱਤਰ ਵਰਕਿੰਗ ਪੇਪਰ ਤਿਆਰ ਕੀਤਾ ਜਿਹਦੇ ਵਿੱਚ ਸਾਰੇ ਦੇਸ਼ਾਂ ਨੂੰ ਜਿਹੜੇ ਵੀ ਆਨਕਾਂ ਦੇ ਦੇਸ਼ਰ ਸੀ 11 ਖੇਤਰ 11 ਦੇਸ਼ ਸੀ ਸਾਰੇ ਕਿਹਾ ਕਿ ਤੁਸੀਂ ਆਪਣੀ ਆਪਣੀ ਜੜੀ ਗਿਆ ਰਾਏ ਦੇ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਦੋ ਗੱਲਾਂ ਮੇਨ ਇਹਦੇ ਵਿੱਚ ਕਰਨੀਆਂ ਜਿਹੜਾ ਬੰਗਾਲਾ ਰਾਸ਼ਟਰਪਤੀ ਸੀ ਉਹ ਆਪਣੇ ਨੇਪਾਲ ਭਾਰਤ ਪਾਕਿਸਤਾਨ ਸ਼੍ਰੀਲੰਕਾ ਦੇਸ਼ਾਂ ਦੇਸ਼ਾਂ 'ਚ ਵਿਜ਼ਿਟ ਕਰਨ ਗਿਆ ਫਿਰ ਉਹਨੇ ਕਿਹਾ ਕਿ ਆਪਸੀ ਸਹਿਯੋਗ ਨਾਲ ਆਪਣੇ ਦੇਸ਼ ਦਾ ਵਿਕਾਸ ਕੀਤਾ ਜਾਵੇ ਇਸ ਮੁਖਸਦ ਨੂੰ ਧਿਆਨ ਵਿੱਚ ਰੱਖ ਕੇ ਉਹਨੇ ਵਰਕਿੰਗ ਪੇਪਰ ਤਿਆਰ ਕੀਤਾ ਤੇ 11 11 ਦੇਸ਼ਾਂ ਨੂੰ ਵਰਕਿੰਗ ਪੇਪਰ ਜਿਹੜਾਗਾ ਡਿਸਟ੍ਰਿਬਿਊਟ ਕਿੱਤਾ ਦਨਾਫਰ ਆ ਗਿਆ ਉਦੇਸ਼ ਸਕਤਰਾਂ ਦੀ ਕੋਲੰਬੋ ਮੀਟਿੰਗ 1981 ਫਿਰ ਕਿਹਾ ਕਿ ਜਦੋਂ ਉਹ ਰਹਿਮਾਨ ਜਨਨ ਕੇ ਬੰਗਾਲ ਦੇ ਰਾਸ਼ਟਰਪਤੀ ਨੇ ਕਾਰਜ ਪੱਤਰ ਵਿੱਚ ਸ਼ਾਮਲ ਬਸਤਾਵਾਂ ਤੇ ਵਿਚਾਰ ਕਰ ਲਈ ਸੱਤ ਦੇਸ਼ਾਂ ਜਨਨ ਕੇ ਭਾਤ ਪਾਕਿਸਤਾਨ ਭੂਟਾਨ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਤੇ ਮਾਲਦੀਵ ਦੇ ਉਦੇਸ਼ ਸਕਤਰਾਂ ਦੀ ਮੜਕੇ ਫਿਰ ਜਿਹੜੀ ਅੱਗੇ ਕੋਲੰਬੋ ਵਿਖੇ ਬੈਠ ਕੇ ਕੀਤੀ ਗਈ ਸੱਤ ਦੇਸ਼ਾਂ ਨੇ ਫਿਰ ਕੋਲੰਬੋ ਵਿਖੇ ਬੈਠ ਕੇ ਕੀਤੀ ਇਹਦੇ ਵਿੱਚ ਕਿਹਾ ਗਿਆ ਕਿ ਅਸੀਂ ਜਿਹੜਾ ਹੈਗਾ ਵਾ ਪੰਜ ਖੇਤਰਾਂ ਵਿੱਚ ਸਹਿਯੋਗ ਦੇਵਾਂਗੇ ਇੱਕ ਦੂਜੇ ਨੂੰ ਕਿਹੜੇ-ਕਿਹੜੇ ਚ ਜਿਹੜਾ ਹੈਗਾ ਵਾ ਖੇਤੀਬਾੜੀ ਖੇਤੀਬਾੜ ਨਾਲ ਰੱਖ ਲਿਓ ਖੇਤੀਬਾੜੀ ਪਿੰਡੂ ਦਾ ਸੰਚਾਰ ਮੌਸਮ ਤੇ ਸਹਿਤ ਠੀਕ ਹੈ ਦੋ ਇਹਦੇ ਚ ਮੇਨ ਗੱਲਾਂ ਨੇ ਕਿ ਮੜਕੇ ਜਿਹੜਾ ਵਕਾਰਜ ਪੱਤਰ ਨੂੰ ਧਿਆਨ ਵਿੱਚ ਰੱਖ ਕੇ ਅੱਜ ਜਿਹੜੇ 7 ਦੇਸ਼ ਉਹ ਇਕੱਠੇ ਹੋਏ ਕੋਲੰਬੋ ਵਿਖੇ ਹੋਏ ਉਹਨਾਂ ਨੇ ਕਿਹਾ ਕਿ ਪੰਜ ਖੇਤਰਾ ਵਿੱਚ ਇੱਕ ਦੂਜੇ ਨੂੰ ਸਹਿਯੋਗ ਦਿੱਤਾ ਜਾਵੇਗਾ ਦੈਨ ਆਫਟਰ ਆ ਗਿਆ ਵਿਦੇਸ਼ੀ ਸਕਤਰਾਂ ਦੀ ਫੇ ਕਾਠ ਮੰਡੂ ਬੈਠਕਾਂ ਪਹਿਲਾਂ ਕੋਲੰਬਾ ਵਿਖੇ ਹੋਈ ਹੁਣ ਹੋਈਆ ਕਾਠਮੰਡੂ ਫਿਰ ਕਾਠਮੰਡੂ ਬੈਠ ਕੋਈ ਕਾਠਮੰਡੂ ਦੇ ਵਿੱਚ ਕਿਹਾ ਕਿ ਚਲੋ ਆਪਾਂ ਪੰਜ ਖੇਤਰਾਂ ਚ ਕੀਆ ਸੀ ਹੁਣ ਦੋ ਤਿੰਨ ਖੇਤਰ ਹੋਰ ਵਧਾਤੇ ਹੋਰ ਖੇਤਰ ਵਧਾਏ ਇਹ ਕਹਿੰਦਾ ਕਿ ਯਾਦਾ ਯਾਦ ਜਨਾ ਟ੍ਰਾਂਸਪੋਰਟ ਕਹਿਣੇ ਆ ਡਾਕ ਸੇਵਾ ਵਿਗਿਆਨ ਤੇ ਟੈਕਨੋਲੋਜੀ ਵਿੱਚ ਇਹਦੇ ਵਿੱਚ ਵੀ ਧਿਆਨ ਦਿੱਤਾ ਜਾਵੇਗਾ ਦਨ ਆਫਟਰ ਮੁੜ ਕੇ ਫਿਰ ਵਿਦੇਸ਼ ਇਸ ਖਤਰਾਂ ਦੀ ਇਸਲਾਮਾਬਾਦ ਬੈਠ ਕੋਈ ਨੈਕਸਟ ਬੈਠ ਕੇ ਜਿਹੜੀ ਆ ਗਈ ਆ ਉਹ ਇਸਲਾਮਾ ਯਾਨੀ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਹੋਈ ਇਹਦੇ ਵਿੱਚ ਹੋਰ ਸਟੈਪ ਬਾਏ ਸਟੈਪ ਕਦਮ ਜੋੜੇਗੇ ਖੇੜ ਕਲਾ ਤੇ ਸੰਗੀਤ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਦੀ ਮਲਬੀ ਗੱਲ ਕੀਤੀ ਗਈ ਯਾਨਕਿ ਸਟੈਪ ਵਾਈਜ਼ ਸਟੈਪ ਅਪ ਇਹਨਾਂ ਪੰਜ ਖੇਤਰਾਂ ਬਾਰੇ ਖੇਤੀਬਾੜੀ ਗੱਲ ਕਰ ਰਹੇ ਸੀ ਦੈਨ ਆਫਟਰ ਉਹ ਖੇੜ ਬਾਰੇ ਜਾਂਦਾ ਜਾ ਰ ਟ੍ਰਾਂਸਪੋਰਟ ਦੀ ਗੱਲ ਕੀਤੀ ਗਈ ਹੁਣ ਉਹ ਖੇੜ ਕਲਾ ਬਾਰੇ ਗੱਲ ਕਰ ਰਹੇ ਆ ਠੀਕ ਹੈ ਨੈਕਸਟ ਆ ਗਿਆ ਦੇਸ਼ ਇਕਤਰਾਂ ਦੀ ਫੇਰ ਟਾਕ ਆ ਵਿਖੇ ਠੀਕ ਹੈ ਉਥੇ ਰਾਤਨੀਅਟਾਕ ਦੇ ਰਾ ਜਿਹੜੀ ਹੈਗੀ ਬੰਗਲਾਦੇਸ਼ ਰਾਜਨੀ ਟਾਕ ਉਥੇ ਸਿਮੇਲਨ ਹੋਇਆ ਤੇ ਉਹਦੇ ਵਿੱਚ ਕਿਹਾ ਗਿਆ ਕਿ ਸਾਂਝੇ ਪ੍ਰੋਗਰਾਮ ਅਪਣਾਏ ਜਾਣ ਜਿਹਦੇ ਵਿੱਚ ਸਾਰਿਆਂ ਦਾ ਵਿਕਾਸ ਹੋ ਸਕੇ ਨੈਕਸਟ ਮੁੜ ਕੇ ਫਿਰ ਜਿਹੜਾ ਹੈ ਨਵੀਂ ਦਿੱਲੀ ਵਿਖੇ ਜਿਹੜੀ ਅੱਗੇ ਬੈਠਕ ਹੋਈ ਠੀਕ ਹੈ ਉਹਦੇ ਵਿੱਚ ਮਲਪੀ ਮੰਤਰੀਆਂ ਦੁਆਰਾ ਸਿਕਾਉ ਨਿਸਧਰੀ ਆਸੀ ਵਿੱਚ ਕਿਹਾ ਗਿਆ ਕਿ ਸਾਊਥ ਐਸੋਸੀਏਟ ਸਾਊਥ ਏਸ਼ੀਅਨ ਰੀਜਨਲ ਕਾਰਪੋਰੇਸ਼ਨ ਨਾਲ ਜਿਹੜਾ ਹੈ ਸੰਬੰਧਿਤ ਇੱਕ ਕੋਸ਼ਨਾ ਪੱਤਰ ਜਾਰੀ ਕੀਤਾ ਗਿਆ ਅੱਜ ਇੱਕ ਕੋਸ਼ਨਾ ਪੱਤਰ ਜਾਰੀ ਕੀਤਾ ਗਿਆ ਕਿ ਵਾਕੇ ਆਪਾਂ ਨੂੰ ਇਦਾਂ ਦਾ ਸੰਗਠਨ ਬਣਾਉਣਾ ਚਾਹੀਦਾ ਹੈ ਇਹਦੇ ਵਿੱਚ ਮੁੱਦੇ ਰੱਖੇ ਕਿ ਆਪਾਂ ਕਿਹੜੇ ਕਿਹੜੇ ਇਸ ਕੋਸ਼ਨਾ ਪੱਤਰ ਜਿਹੜਾ ਹੈਗਾ ਮੈਨੀਫੈਸਟੋ ਕਹਿ ਲਓ ਜਾਂ ਕੋਸ਼ਨਾ ਪੱਤਰ ਕਿ ਕਿਹੜੇ ਕਿਹੜੇ ਮੁੱਦਿਆਂ ਤੇ ਆਪਾਂ ਇੱਕ ਦੂਜੇ ਨਾਲ ਸਹਿਯੋਗ ਦੇਣਾ ਜਿਵੇਂ ਲੋਕਾਂ ਦੀ ਭਲਾਈ ਬਾਰੇ ਗੱਲ ਕਰਨੀ ਸੱਭਿਆਚਾਰਕ ਬਾਰੇ ਗੱਲ ਕਰਨੀ ਆਤਮ ਨਿਰਭਰਤਾ ਬਾਰੇ ਦੇਸ਼ੀਆ ਸਮੱਸਿਆਵਾਂ ਬਾਰੇ ਆਸਰ ਸਮਾਜਿਕ ਸਹਾਇਤਾ ਬਾਰੇ ਠੀਕਾ ਵਿਕਾਸਸ਼ੀਲ ਦੇਸ਼ਾਂ ਨਾਲ ਸਮਝਦਤ ਸਹਿਯੋਗ ਬਣਾਉਣਾ ਅੰਤਰਰਾਸ਼ਟਰੀ ਮੰਚਤ ਸਾਂਝੇਤਾਂ ਨੂੰ ਧਿਆਨ ਵਿੱਚ ਰੱਖਣਾ ਠੀਕ ਹੈ ਇਹ ਤੁਸੀਂ ਦੋ ਚਾਰ ਪੁਆਇੰਟਸ ਲਿਖ ਸਕਦੇ ਹੋਗੇ ਤੇ ਨਿੱਪੀ ਕੋ ਨਵੇਂ ਕੁੱਛਣਾ ਪੱਤਰ ਵਿੱਚ ਕੁਝ ਜੜੀਆਂ ਗੱਲਾਂ ਕੀਤੀਆਂ ਗਈਆਂ ਕਿ ਆਪਾਂ ਜਿਹੜਾ ਹੈ ਇੱਕ ਖੇਤਰੀ ਕਿਉਂ ਨਾ ਖੇਤਰੀ ਸਹਿਯੋਗ ਸੰਗਠਨ ਬਣਾ ਲਈਏ ਤੇ ਉਹਦੇ ਵਿੱਚ ਇਹ ਜੜੀ ਹੈਗੀਆ ਗੱਲਾਂ ਸ਼ਾਮਲ ਕਰੀਏ 1984 ਵਿੱਚ ਬੈਠ ਕੋਈ ਠੀਕ ਹੈ ਇਹਦੇ ਵਿੱਚ ਨਵੀਂ ਦਿੱਲੀ ਵਿਖੇ ਹੋਈ ਇਹਦੇ ਵਿੱਚ ਜੋ ਵੀ ਕੁੱਛਣਾ ਪੱਤਰ ਸੀ ਨਾ ਉਹਨੂੰ ਸਵੀਕਾਰ ਕਰ ਲਿਆ ਗਿਆ ਠੀਕ ਹੈ ਕਿ ਵਾਕਏ ਇਸ ਕੋਸ਼ਨਾ ਪੱਤਰ ਨੂੰ ਜਿਹੜਾ ਹੈਗਾ ਉਹ ਸਿਰੇ ਚੜਾਇਆ ਜਾਵੇ। ਦੈਨ ਆਫਟਰ ਦੱਖਣੀ ਏਸ਼ੀਆ ਦੇ ਸਹਿਯੋਗ ਦੀ 27 ਸਮੰਤੀ ਜਿਹੜੀ ਹੈਗੀ ਦੀ ਇੱਕ ਬੈਠਕ 1985 ਵਿੱਚ ਮਾਲਦੀਵ ਦੀ ਰਾਤਾਂ ਦੀ ਮਾਲੀ ਵਿਖੇ ਹੋਈ ਜਿਸ ਵਿੱਚ ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਵਿਦੇਸ਼ ਮੰਤਰੀ ਦੀ ਇੱਕ ਪਰਿਸ਼ਦ ਦਾ ਪ੍ਰਸਤਾਵ ਵਿੱਚ ਵਿਦੇਸ਼ ਮੰਤਰੀਆਂ ਦੁਆਰਾ ਸਰਕਾਰ ਕੀਤਾ ਗਿਆ ਤੇ 1985 ਵਿੱਚ ਹੋਣ ਵਾਲੇ ਰਾਜਾਂ ਜਾਂ ਸਰਕਾਰਾਂ ਦੇ ਮੁਖੀਆਂ ਦੇ ਪਹਿਲੇ ਸਿਮਰਤੀ ਪਰਵਾਨੇ ਲਈ ਰਫ ਲੈ ਗਿਆ ਕਿ ਹਾਂ ਆਪਾਂ ਇੱਕ ਸੰਗਠਨ ਬਣਨ ਉਹਨੇ ਆ ਠੀਕਾ ਤੇ ਫਿਰ ਇਹਦਾ 1 ਬਾਈ 1 ਜਾਨਕੀ ਹਾਸ ਸਾਲ ਬਾਅਦ ਜਾਂ 2 ਸਾਲ ਬਾਅਦ ਇਹਦਾ ਆਪਾਂ ਸਮੇਲਨ ਬੁਲਾਇਆ ਕਰਾਂਗੇ ਸੰमेलनਾਂ ਜਾਂ ਮੀਟਿੰਗ ਬੁਲਾਇਆ ਕਰਨਗੇ ਸਾਰੇ ਦੇਸ਼ ਇੱਕ ਮੰਚ ਤੇ ਇਕੱਠੇ ਹੋਇਆ ਕਰਾਂਗੇ ਜਾਨੀ ਕਿ ਜਿਹੜੇ ਵੀ 7-8 ਦੇਸ਼ ਹਨ ਉਹਨਾਂ ਦੀ ਰਾਤਾ નીચે 1/1 ਹਰ ਸਾਲ ਜਿਹੜਾ ਇਕੱਠੇ ਹੋਇਆ ਕਰਾਂਗੇ ਹੁਣ ਇੱਕ ਆਪਾਂ ਨੂੰ ਇਹ ਕੁਸ਼ਨ ਦਿੱਤਾ ਸੀ ਕਿ ਹਾਂ ਵੀ ਕਿੱਦਾਂ ਹੁੰਦੇ ਵਿੱਚ ਆਇਆ ਇੱਕ ਹੈਗਾ ਨਿਰਮਾਣ ਜਿ ਕਲਾ ਨਿਰਮਾਣ ਹੁੰਦਾ ਫਿਰ ਤੁਸੀਂ ਜਸਟ ਆ ਪੈਰਾ ਲਿਖ ਸਕਦੇ ਏਗੇ ਔਰ ਠੀਕ ਹੈ ਨਿਰਮਾਣ ਕੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਆਪਾਂ ਮੈਂ ਇਕੱਠੇ ਹੋਣਾ ਹੈ ਫਿਰ 1985 ਵਿੱਚ ਇਹ ਟਾਕਾ ਵਿਖੇ ਇਕੱਠੇ ਹੋਏ ਤਾਂ ਉੱਥੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸਮੇਲਨ ਬਣਾਇਆ ਸਮੇਲਨ ਵਿੱਚ ਇਹਨਾਂ ਨੇ ਇੱਕ ਜਿਹੜਾ ਖੇਤੀ ਸਹਿਚੂਕ ਸੰਗਠਨ ਬਣਾਇਆ ਜਿਹਦਾ ਨਾਮ ਰੱਖਿਆ ਇਹਨਾਂ ਨੇ ਦੱਖਣੀ ਏਸ਼ੀਆਈ ਖੇਤੀ ਸਹਿ ਜੋ ਸੰਗ ਜਿਸ ਨੂੰ ਸਾਰ ਕਹਿ ਦਿੱਤਾ ਜਾਂਦਾ ਹੈ ਤੇ ਇਹਦਾ ਸਕੱਤਰੇਤ ਜਿਹੜਾ ਸੀ ਉਹ ਕਾਠਮੰਡੂ ਵਿਖੇ ਬਣਾਇਆ ਗਿਆ ਨੇਪਾਲ ਦੀ ਰਾਜਧਾਨੀ ਫਿਰ ਸੁਣਿਓ ਨਿਰਮਾਣ ਸਾਰ ਦੇ ਨਿਰਮਾਣ ਵਿੱਚ ਕੀ ਆ 1985 ਵਿੱਚ ਟਾ ਕਰਕੇ ਸਿਮੇਲਨ ਹੋਇਆ ਗਿਆ ਤੇ ਇਹਦੇ ਆ ਜਿਹੜਾ ਨਾਮ ਆ ਸੰਗਠਨ ਦਾ ਨਾਮ ਰੱਖਿਆ ਗਿਆ ਸਾਰਕ ਤੇ ਇਹਨਾਂ ਨੇ ਕੀ ਆ ਜਿਹੜਾ ਸਾਡਾ ਸਕਤਰੇਤ ਹੋਏਗਾ ਜਦੋਂ ਆਪਣੇ ਪੰਜਾਬ ਦਾ ਸਕਤਰੇਤ ਹੈਗਾ ਚੰਡੀਗੜ੍ਹ ਜਿੱਥੇ ਸਾਰੇ ਮਸਲੇ ਹੱਲ ਹੁੰਦੇ ਆ ਠੀਕ ਆ ਉਸੇ ਤਰ੍ਹਾਂ ਜਿਹੜਾ ਸਕਤਰੇਤ ਉਹ ਕਾਠਮੰਡੂ ਹੋਏਗਾ ਫਿਰ 2005 ਵਿੱਚ ਤਾ ਕਾ ਵਿਖੇ 13ਵਾਂ ਸਾਰਕ ਸੰਮੇਲਨ ਵਿੱਚ ਅਫਗਾਨਿਸਤਾਨ ਨੂੰ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਇਸ ਤੋਂ ਇਲਾਵਾ ਇਹ ਹੋ ਗਿਆ 8 ਮੈਂਬਰ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਅਬਜ਼ਰਵਰ ਹੁੰਦੇ ਆ ਜਿਵੇਂ ਪੇਪਰਾਂ ਵਿੱਚ ਤੁਹਾਡੇ ਸੁਪਰਵਾਈਜ਼ਰ ਹੁੰਦੇ ਆ ਤੇ ਆਹ ਰੱਖਦੇ ਕੋਈ ਚੀਟਿੰਗ ਤਾਂ ਨਾ ਕਰੇ ਜਾਂ ਕੁਝ ਵੀ ਆ ਇਸੇ ਤਰ੍ਹਾਂ ਜਿਹੜੇ ਅਬਜ਼ਰਵਰ ਵੀ ਜੇ ਕਿਸ ਕੋਈ ਦੇਸ਼ ਐਜ਼ ਅ ਗੈਸਟ ਸਾਡੇ ਪ੍ਰੋਗਰਾਮ ਨੂੰ ਵੇਖਣਾ ਚਾਹੁੰਦਾ ਕਿਵੇਂ ਕਰਦੇ ਪਏ ਕਿ ਨਹੀਂ ਜਿਹੜੇ ਆ ਗਿਆ ਉਹਨਾਂ ਨੂੰ ਵੀ ਮਾਨਤਾ ਦਿੱਤੀ ਕਿ ਕਿਹੜੇ-ਕਿਹੜੇ ਸਾਡੇ ਕਿਹੜੇ-ਕਿਹੜੇ ਦੇਸ਼ ਸਾਡੇ ਸਿਮਿਲਰ ਨੂੰ ਵੇਖਣਾ ਆ ਸਕਦੇ ਆ ਉਹ ਕਿਹੜੇ-ਕਿਹੜੇ ਸੀ ਪੰਨ ਆਸਟ੍ਰੇਲੀਆ ਚੀਨ ਯੂਰਪੀ ਸੰਘ ਜਾਪਾਨ ਦੱਖਣੀ ਕੋਰੀਆ ਮਾਰਸ਼ਸ ਮਾਇਮਾਰ ਅਤੇ ਅਮਰੀਕਾ ਨੂੰ ਐਜ਼ ਅਬਜ਼ਰਵਰ ਦਾ ਤੌਰ ਤੇ ਦਰਜਾ ਦਿੱਤਾ ਗਿਆ ਇਸ ਤੋਂ ਇਲਾਵਾ ਸਾਰਗਨਾ ਉਦੇਸ਼ ਕੀ ਆ ਉਦੇਸ਼ ਕੀ ਆ ਲੋਕਾਂ ਦਾ ਕਲਿਆਣ ਕਰਨਾ ਸਭਿਆਚਾਰ ਦਾ ਵਿਕਾਸ ਕਰਨਾ आत्मनिर्भर बनना समस्याओं का हल करना सामाजिक सभ्यता का विकास करना विकासशील देशों ਨਾਲ ਸਹਿਯੋਗ ਕਰਨਾ ਅਤੇ ਸਾਂਝੇ ਹਿੱਤਾਂ ਵੱਲ ਧਿਆਨ ਦੇਣਾ ਅੰਤਰਰਾਸ਼ਟਰੀ ਖੇਤੀਬਾੜੀ ਸੰਗਠਨਾ ਸਹਿਯੋਗ ਕਰਨਾ ਇਹ ਬੇਟਾ ਉਦੇਸ਼ ਆ ਉਦੇਸ਼ ਤੁਸੀਂ ਜਿੱਟੋ ਕਾਪੀ ਸੇਮ ਟੂ ਸੇਮ ਹੀ ਲਿਖਣੇ ਆ ਕੋਈ ਇਧਰ ਉਧਰਿ ਵਾਰਡਿੰਗ ਵਗੈਰਾ ਨਹੀਂ ਕਰਨੀ ਹੈਗੀ ਠੀਕ ਆ ਉਦੇਸ਼ ਉਸੇ ਤਰ੍ਹਾਂ ਹੀ ਲਿਖਣੇ ਆ ਤੇ ਸਿਧਾਂਤ ਵੀ ਸੇਮ ਟੂ ਸੇਮ ਲਿਖਣੇ ਆ ਸਿਧਾਂਤ ਕੀ ਆ ਇੱਕ ਦੂਜੇ ਰਾਜ ਦੀ ਪ੍ਰਭੂਸੱਤਾ ਖੰਡਤਾ ਤੇ ਰਾਜ ਦੀ ਸੁਤੰਤਰਤਾ ਦਾ ਸਤਕਾਰ ਕਰਨਾ ਦਖਲਅੰਦਾਜ਼ੀ ਨਾ ਕਰਨਾ ਆਪਸੀ ਸਹਿਯੋਗ ਵਿੱਚ ਵਾਦਾ ਕਰਨਾ ਤੇ ਸਾਰਕ ਦੇਸ਼ਾਂ ਦੇ ਵਿਚਕਾਰ ਸਹਿਯੋਗ ਤੇ ਇੱਕ ਦੂਜੇ ਦੇਸ਼ ਨਾਲ ਸਜੋਦ ਰਸਤੇ 'ਚ ਰੁਕਾਵਟ ਨਹੀਂ ਬਣੇਗਾ ਸਾਰਕ ਮੀਟਿੰਗ ਵਿੱਚ ਸਾਰੇ ਫੈਂਸੀ ਆਰਮਸੈਂਟ ਨਾਲ ਹੋਣਗੇ ਠੀਕ ਆ ਇਹ ਜਿਹਾ ਆਪਣਾ ਫਰਸਟ ਪ੍ਰਸ਼ਨ ਹੋ ਗਿਆ ਕਿ ਸਾਰਕ ਦਾ ਇਤਿਹਾਸਕ ਪਿਛੋਕੜ ਕੀ ਹੈ ਜੇ ਕਰੇ ਵੀ ਪੁੱਛਣ ਇਨਕਾ ਸਾਰਕ ਦੇ ਸਥਾਪਨਾ ਨਿਰਮਾਣ ਕਿਵੇਂ ਹੋਇਆ ਉਹ ਇਸ ਬਾਰੇ ਚ ਆ ਜਾਂਦਾ ਹੈ ਉਦੇਸ਼ ਜੇ ਪੁੱਛਦੇ ਆ ਉਦੇਸ਼ ਕੀ ਆ ਉਦੇਸ਼ ਵਗੈਰਾ ਹੋਗੇ ਠੀਕ ਹੈ ਫਿਰ ਸਾਰਕ ਦੇ ਸਿਧਾਂਤ ਵਗੈਰਾ ਦੈਨ ਆਫਟਰ ਸਰਕਾਰ ਸੰਗ ਸਾਰਕ ਦਾ ਸੰਗਠਨ ਤਾਂ ਟਾਂਚਾ ਸੰਗਠਨ ਦਾ ਟਾਂਚਾ ਹੀ ਕੁਸ਼ਨ ਆਉਂਦੀ ਅਸੇ ਨਾ ਕਿ ਆਰਗੇਨਾਈਜੇਸ਼ਨ ਆਫ ਸਟਰਕਚਰ ਆਫ ਸਾਰਕ ਕੀ ਆ ਨਿਰਮਾਣ ਅਲੱਗ ਚੀਜ਼ ਆ ਕਿ ਉਹ ਦਾ ਜਿਹੜਾ ਕਿ ਨਿਰਮਾਣ ਫਾਰਮੇਸ਼ਨ ਕਿਵੇਂ ਹੋਈ ਆ ਸੰਗਠਨ ਦਾ ਟਾਂਚਾ ਅਲੱਗ ਚੀਜ਼ ਆ ਕਿ ਇਹਦੇ ਵਿੱਚ ਕਿਹੜਾ ਕਿਹੜਾ ਹੈ ਜਿਵੇਂ ਆਪਾਂ ਸੰਗਠਨ ਹਾਂ ਚਾਹ ਕਹਿੰਦੇ ਸਰਕਾਰ ਵਿੱਚ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਆ ਨੀ ਜਾਂ ਕੁਝ ਵੀ ਹੈ ਇਸੇ ਤਰ੍ਹਾਂ ਇਹਦਾ ਕੀ ਹੈ ਸੰਗਠਨਾਂ ਢਾਂਚਾ ਕਿ ਰਾਜ ਜਾਂ ਸਰਕਾਰ ਦੇ ਮੁਖੀਆਂ ਦੀ ਮੀਟਿੰਗ ਜਿਹੜੇ ਰਾਜ ਦੇ ਮੁਖੀ ਹੈ ਚਾਹੇ ਰਾਸ਼ਟਰਪਤੀ ਹੋਏਗਾ ਕਿਤਾ ਮੁਖੀ ਕਿਹਦਾ ਹੋਏਗਾ ਪ੍ਰਧਾਨ ਮੰਤਰੀ ਉਹ ਇਹਦੇ ਵਿੱਚ ਸ਼ਾਮਲ ਹੋਣਗੇ ਮੰਤਰੀ ਪਰਿਸ਼ਦ ਹੋਣਗੇ ਜਿਹੜੇ ਵਿਦੇਸ਼ ਸਕੱਤਰ ਆ ਨਾ ਵਿਦੇਸ਼ ਮੰਤਰੀ ਉਹ ਇਹਦੇ ਮੰਤਰੀ ਪਰਿਸ਼ਦ ਹੋਣਗੇ ਠੀਕ ਹੈ ਜਿਹੜੇ ਰਾਜ ਦੇ ਮੁਖੀ ਨੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਉਹ ਇਹਦੇ ਮੁਖੀ ਉਹ ਮੀਟਿੰਗ ਹੋਏਗੀ ਉਹਨਾਂ ਦੀ ਮੁਖੀਆਂ ਦੀ ਤੇ ਜਿਹੜੇ ਵਿਦੇਸ਼ ਮੰਤਰੀ ਉਹ ਐਸੇ ਮੰਤਰੀ ਪ੍ਰਸ਼ਾਸਨ ਤੌਰ ਤੇ ਹੋਣਗੇ ਤੇ ਸਥਾਈ ਕਮੇਟੀ ਜਿਹੜੀ ਹੈਗੀ ਆ ਸਾਰਕ ਦੇਸ਼ਾਂ ਦੇ ਵਿਦੇਸ਼ ਸਕੱਤਰ ਸਥਾਈ ਕਮੇਟੀ ਦੇ ਮੈਂਬਰ ਵੀ ਹੋਣਗੇ ਸਾਰਕ ਦੇਸ਼ਾਂ ਦੇ ਵਿਦੇਸ਼ ਸਕੱਤਰ ਸਥਾਈ ਕਮੇਟੀ ਦੇ ਮੈਂਬਰ ਵੀ ਹੋਣਗੇ ਤੇ ਸਾਰਕ ਨੀਤੀਆਂ ਤੇ ਪ੍ਰੋਗਰਾਮਾਂ ਦੇ ਵਿੱਚ ਤਾਲਮਿਲ ਪੈਦਾ ਕਰਦੀ ਹੈ ਤੇ ਸਾਧਨ ਜਟਾਉਂਦੀ ਹੈ ਸਜੋਗ ਲਈ ਨਵੇਂ ਖੇਤਰ ਲੱਭਦੀ ਹੈ ਕਿ ਹੋ ਸਦਾ ਹੋਰ ਕੋਈ ਦੇਸ਼ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਵੇ ਤੇ ਇਸ ਦੀ ਮਿਹੜੀਆਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਪਰ ਤੋਂ ਸਾਰ ਵਿੱਚ ਦੋ ਮਿਹੜੀਆਂ ਹੋਣੀਆਂ ਜ਼ਰੂਰੀ ਆ ਇਸ ਤੋਂ ਇਲਾਵਾ ਕਿ ਰਾਂਲਿਤਿਕ ਸੋਰੀ ਤਕਨੀਕੀ ਕਮੇਟੀ ਕਿਹੜੀ ਹੈ ਕਿ ਸਾਰਕ ਦੇਸ਼ਾਂ ਦੇ ਪ੍ਰਤੀਨਿਧ ਤਕਨੀਕੀ ਕਮੇਟੀ ਦੇ ਮੈਂਬਰ ਹੁੰਦੇ ਹਨ ਸਾਰਕ ਦੇਸ਼ਾਂ ਦੇ ਜਿਹੜੇ ਪ੍ਰਤੀਨਿਧਾ ਜਿਵੇਂ ਉਪਮਲਪੀ ਪ੍ਰਧਾਨ ਮੰਤਰੀ ਜਾਂ ਰਾਸ਼ਪਤੀ ਜਾਂ ਕੋਈ ਵੀ ਵਿਦੇਸ਼ ਮੰਤਰੀ ਗਿਆ ਪਰ ਐਜ਼ ਅ ਪ੍ਰੈਰੀ ਪ੍ਰੈਜ਼ੀਡੈਂਟਡ ਵਿਤੋਤੇ ਗਿਆ ਉਹ ਤਕਨੀਕੀ ਕਮੇਟੀ ਦੇ ਮੈਂਬਰ ਵੀ ਹੁੰਦੇ ਹਨ ਪ੍ਰੋਗਰਾਮ ਨੂੰ ਲਾਗੂ ਕਰਦੇ ਹਨ ਤੇ ਉਹਨਾਂ ਦੀ ਪ੍ਰਗਤੀ ਵੱਲ ਚਾਹਸਾ ਵੀ ਲੈਂਦੇ ਹਨ ਕਾਰਜਕਾਰੀ ਕਮੇਟੀ ਗੜੀ ਹੈਗੀ ਆ ਕਿ ਸਤਾਈ ਕਮੇਟੀ ਇੱਕ ਕਾਰਜ ਕਮੇਟੀ ਦਾ ਗਠਨ ਵੀ ਕਰਦੀ ਆ ਤੇ ਉਹਨਾਂ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਿਲ ਕੀਤੇ ਜਾਂਦੇ ਆ ਜਿਹੜੇ ਕਿਸੇ ਵਿਸ਼ੇਸ਼ ਪ੍ਰੋਗਰਾਮ ਨੂੰ ਲਾਗੂ ਕਰਨ ਨਾਲ ਸੰਬੰਧਿਤ ਹੁੰਦੇ ਆ ਹਨ ਤੇ ਇਹਨਾਂ ਦੀ ਗਿਣਤੀ ਘੱਟੋ ਘੱਟ 3 ਹੁੰਦੀ ਆ ਤੇ ਸਕੱਤਰੇ ਸਕੱਤਰੇ ਜਿਹੜਾ 1987 ਚ ਨੇਪਾਲੀ ਰਾਤਨਮੀ ਕਾਠਮੰਡ ਵਿੱਚ ਸਥਾਪਿਤ ਹੋਈ ਪਿੱਛੇ ਪੜਿਆ ਆਪਾਂ ਤੇ ਇਹਦਾ ਇੱਕ ਸਕੱਤਰ ਜਨਰਲ ਹੁੰਦਾ ਜਿਵੇਂ ਚੰਡੀਗੜ੍ਹ ਸਕੱਤਰੇ ਤਾਂ ਆਪਣਾ ਤੋਂ ਉਹਦਾ ਇੱਕ ਸਕੱਤਰ ਜਨਰਲ ਹੁੰਦਾ ਵਾ ਠੀਕ ਆ ਸਕੱਤਰ ਜਨਰਲ ਹੁੰਦਾ ਹੈ ਤੇ ਉਹ ਕਹਿੰਦਾ ਕਿ ਸਕੱਤਰ ਜਨਰਲ ਜਿਹੜਾ 2 ਸਾਲ ਦੇ ਕਾਰਜਕਾਰੀ ਮੈਂਬਰ ਰਾਸ਼ਟਰ ਵਿੱਚੋਂ ਹੀ ਚੁਣਿਆ ਜਾਂਦਾ ਹੈ ਕਿ ਸਾਡਾ ਸਕੱਤਰ ਚਾਨਲ ਕੌਣ ਹੋਏਗਾ 2 ਸਾਲ ਵਾਸਤੇ ਸਕੱਤਰ ਚਾਨਲ ਕੰਮ ਕੀ ਕਰਦਾ ਹੈ ਸਾਰਕ ਤੇ ਪ੍ਰੋਗਰਾਮ ਚ ਤਾਲਮਿਲ ਪਾਇਦਾ ਕਰਨਾ ਅੰਗadian ਬੈਠਕਾਂ ਕਰਉਣੀਆਂ ਅੰਗ ਜਿਹੜੇ ਆਪਾਂ 4-5 ਪੜੇ ਤਕਨੀਕੀ ਕਮੇਟੀ ਕਾਰਜ ਕਮੇਟੀਆਂ ਇਸ ਤਰ੍ਹਾਂ ਦੇ ਤੇ ਵਗੈਰਾ ਜੋ ਕੁਝ ਵੀ ਵਗਰਾ ਹੋ ਗਿਆ ਉਹਨਾਂ ਵਿੱਚ ਜੜੀ ਗਿਆ ਪ੍ਰਬੰਧ ਕਰਨਾ ਸਰਕ ਦੀਆਂ ਕਾਰਵਾਈਆਂ ਦਾ ਰਿਕਾਰਡ ਰੱਖਣਾ ਸਿਮਿਲਾਂ ਦੇ ਵਿਸ਼ੇ ਸੋਚੀ ਤੇ ਸਥਾਨਾਂ ਦਾ ਨਿਰਧਾਰਨ ਕਰਨਾ ਉਹ ਸਾਰੇ ਕੰਮ ਕਰਨੇ ਜਿਹੜੇ ਕਿਸ ਨੂੰ ਸੌਂਪੇ ਗਏ ਆ ਵਿੱਤ ਵਿਵਸਥਾ ਕੀ ਆ ਵੀ ਕੌਣ ਕੌਣ ਫਾਈਨੈਂਸ਼ੀਅਲ ਤੌਰ ਤੇ ਕਿੰਨਾ ਕਿੰਨਾ ਪੈਸਾ ਦੇ ਰਿਹਾ ਇੰਡੀਆ ਸਭ ਤੋਂ ਜ਼ਿਆਦਾ ਸਪੋਰਟ ਕਰ ਰਿਹਾ ਇੰਡੀਆ ਦਾ 32% ਦੇ ਰਿਹਾ ਠੀਕ ਹੈ ਇਹ ਜਸ ਨੋਲਜ ਵਾਸਤੇ ਲਿਖਣਾ ਲਿਖੋ ਨਹੀਂ ਤੇ ਨਹੀਂ ਤੁਹਾਡੀ ਮਰਜ਼ੀ ਆ ਪਾਸਨ 25% ਨੇਪਾਲ 11 ਬੰਗਲਾਦੇਸ਼ 11 ਸ਼੍ਰੀਲੰਕਾ 11 ਅਫਗਾਨਿਸਤਾਨ 11 ਪੱਛਮ ਪੁਟਾਨ ਪੰਜ ਬਤਸ਼ੇ ਮਾਲਦੀ ਪੰਜ ਬਤ ਜਦੋਂ ਵੀ ਜਾਨੀ ਕਿ ਕੋਈ ਕਮੇਟੀਆਂ ਇਹਨਾਂ ਦੀ ਹੁੰਦੀਆਂ ਬੈਠਕਾਂ ਹੁੰਦੀਆਂ ਜਾਂ ਖਰਚਾ ਹੁੰਦਾ ਹੈ ਜਾਂ ਇੱਕ ਦੂਜੇ ਦੇਸ਼ ਨਾਲ ਸਹਿਯੋਗ ਕਰਨਾ ਤੇ ਹਰ ਕੁ ਦੇਸ਼ ਆਪਣਾ ਇਹਨਾਂ ਨਾਲ ਸਹਿਯੋਗ ਦਿੰਦਾ ਹੈ ਤੇ ਇਸ ਤੋਂ ਇਲਾਵਾ ਸਾਰੇ ਦੇ ਤਿੰਨ ਚਾਰਟਰ ਇੱਕ ਹੈ ਰਾਣੀ ਚਾਰਟਰ ਇਹਦੇ ਵਿੱਚ 10 ਤਰ੍ਹਾਂਵਾਂ ਨੇ ਠੀਕ ਹੈ ਇਹਦੇ ਵਿੱਚ ਕੀ ਆ ਗਿਆ ਕਿ ਕੋਈ ਵੀ ਜਿਹੜੇ ਆਰਥਿਕ ਵਿਕਾਸ ਲੇ ਕੇ ਤੁਚੀ ਦੀ رائے ਲੈਣਾ ਜ਼ਰੂਰੀ ਆ ਠੀਕ ਹੈ ਰਾਣੀ ਚਾਰਟਰ ਤੇ ਜਿਹੜਾ ਹੈਗਾ ਵਾ ਸਮਾਜਿਕ ਚਾਰਟਰ ਠੀਕ ਹੈ ਇਹਦੇ ਵਿੱਚ ਜਿਹੜੀਆਂ ਗਿਆਵਾਂ ਇਹਦੇ ਵਿੱਚ ਬੇਟਾ 12 ਧਰਾਵਾਂ ਉਹਦੇ 10 ਧਰਾਵਾਂ ਇਹਦੀ 12 ਧਰਾਵਾਂ ਇਹਦੇ ਵਿੱਚ ਕੀ ਆ ਗਿਆ ਕਿ ਇੱਕ ਦੂਜੇ ਦੇਸ਼ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜਾਊਗੀ ਤੇ ਜਿਹੜੇ ਸਰਕ ਤੇ ਉਦੇਸ਼ ਵਾ ਉਹਨਾਂ ਦੀ ਪੂਰਤੀ ਕੀਤੀ ਜਾਏਗੀ ਲੋਕਤੰਤਰ ਚਾਰਟਰ ਜਿਹੜਾ ਹੈਗਾ ਲੋਕਤੰਤਰ ਚਾਰਟਰ ਜਿਹੜਾ ਹੈਗਾ ਵਾ ਰਾਤਾਨੀ ਥਿੰਪੂ ਵਿਖੇ ਪਠਾਨ ਦੀ ਰਾਤਾਂ ਨਹੀਂ ਸਿੰਪੂ ਵਿਖੇ ਅਜੋਤ ਕੀਤਾ ਗਿਆ ਸੀ ਤੇ ਇਹਦੇ ਵਿੱਚ ਕਿਹਾ ਗਿਆ ਕਿ ਸਾਰੇ ਲੋਕਾਂ ਦੇ ਜਿਹੜੇ ਵੀ ਲੋਕਤੰਤਰੀ ਦੇਸ਼ ਉਹਨਾਂ ਦੀ ਕਿਦਰਾਂ ਕਿੰਨਤਾ ਸਰਜਨ ਪਲਾਏ ਸ਼ਾਂਤੀ ਉਸ ਤੋਂ ਦਿੱਤਾ ਸਮਾਜ ਦਾ ਸਮਾਜਿਕ ਨਿਆਂ ਇਹਨਾਂ ਸਾਰਿਆਂ ਦਾ ਸਤਿਕਾਰ ਕੀਤਾ ਜਾਏਗਾ ਇਹ ਸਾਰਾ ਗਿਆ ਸੰਗਠਨ ਦਮ ਟਾਂਚਾ ਅਗੇ ਨੈਕਸਟ ਕੁਐਸਚਨ ਆਇੰਦਾ ਤੁਹਾਡਾ ਸਿਮਿਲਰ ਵਗੈਰਾ ਠੀਕ ਹੈ ਫਿਰ ਦੇਖ ਲਓ ਬੇਟਾ ਆਪਾਂ ਕਿਥੋਂ ਤੱਕ ਕੀ ਚੀਜ਼ ਪੜ੍ਹੀਆਂ ਕਿ ਸਾਰਕ ਦਾ ਇਤਿਹਾਸਕ ਪਿਛੋਕੜ ਠੀਕ ਹੈ ਜਿੱਦਾਂ ਕਿ ਤਾਂ ਹੋਂਦ ਵਿੱਚ ਆਇਆ ਕਿ ਬੰਗਾਲ ਦੇ ਰਾਸ਼ਟਰਪਤੀ ਨੇ ਸ਼ੁਰੂਆਤ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਅਪਾ ਨਿਰਮਾਣ ਕੀਤਾ ਨਿਰਮਾਣ ਜਿਹਦਾ ਕਾਠਮੰਡੂ ਵਿਖੇ ਹੋਇਆ ਇਹਦਾ ਨਿਰੇਖਕ ਦਰਜਾ ਕਿੰਦੋਂ ਕਿਨੂੰ ਦਿੱਤਾ ਅਬਜ਼ਰਵਰ ਤੌਰ ਤੇ ਦੈਨ ਆਫਟਰ ਜਿਹੜਾ ਹੈਗਾ ਵਾ ਸਰਕ ਦੇ ਉਦੇਸ਼ ਕੀ ਆ ਸਥਾਨਤ ਕੀ ਆ ਸੰਗਠਨ ਢਾਂਚੇ ਵਿੱਚ ਕਣੀ ਗੜੇ ਆ ਰਾਜ ਦੀ ਪ੍ਰਤਿਨਿਧਾ ਹੁੰਦੇ ਆ ਮੰਤਰੀ ਪਰਿਸ਼ਦ ਹੁੰਦੀ ਆ ਸਥਾਈ ਕਮੇਟੀ ਵਗੈਰਾ ਹੋਈ ਤੇ ਆਪਣੇ ਕੀ ਕਹਿੰਦੇ ਨੇ ਆ ਤਕਨੀਕੀ ਕਮੇਟੀ ਕਾਜ ਕਮੇਟੀ ਇਸ ਕਤਰੇਤ ਵਗੈਰਾ ਠੀਕ ਹੈ ਤੇ ਤਿੰਨ ਚਾਰਟਰਾ ਸਰਕ ਦੇ ਚਾਰਟਰ ਮੀਨਸ ਬੇਟਾ ਜਿਵੇਂ ਆਪਣਾ ਇੰਡੀਆ ਦਾ ਸੰਵਿਧਾਨ ਆ ਠੀਕ ਹੈ ਕੋਈ ਸੰਗਠਨ ਹੁੰਦਾ ਉਹਦਾ ਕੋਈ ਨਾ ਕੋਈ ਸਵਿਧਾਨ ਹੁੰਦਾ ਤੇ ਜਿਹੜੇ ਇੰਟਰਨੈਸ਼ਨਲ ਜਿਹੜੇ ਕੋਈ ਸੰਗਠਨ ਵਗੈਰਾ ਬਣਦੇ ਆ ਉਹਨੂੰ ਚਾਰਟਰ ਕਹ ਦਿੱਤਾ ਜਾਂਦਾ ਆਮ ਤੌਰ ਤੇ ਠੀਕ ਆ ਤੇ ਇਹਦੇ ਜਿਹੜੇ ਤਿੰਨ ਚਾਰਟਰ ਨੇ ਇਹ ਰਾਜੇ ਚਾਰਟਰ ਠੀਕ ਹੈ ਤੇ ਸਮਾਜ ਚਾਰਟਰ ਤੇ ਲੋਕਤੰਤ ਚਾਰਟਰ ਬਾਕੀ ਨੈਕਸਟ ਕੁਐਸਚਨ ਨੈਕਸਟ ਵੀਡੀਓ ਤੇ ਕਰਾਂਗੇ ਥੈਂਕਸ ਬਈ